टू गुड राक्षस। थैंक यू जी। बस कदे माण ही नहीं किया जी। ਤੁਸੀਂ ਮੈਨੂੰ ਇਹ ਦੱਸੋ ਤੁਸੀਂ ਰਾਕਸ਼ਸ ਦੀ ਇੰਨੀ ਵਧੀਆ ਐਕਟਿੰਗ ਕਿਵੇਂ ਕਰਦੇ ਹੋ? ਓਹ ਮੇਰੇ ਡੈਡੀ ਦੱਸਦੇ ਜਦੋਂ ਮੈਂ ਹੋਣ ਵਾਲਾ ਸੀ ਨਾ ਜੀ, ਮੇਰੇ ਮੰਮੀ ਸ਼ਨੀਵਾਰ ਨੂੰ ਟੂਣੇ ਉੱਤੇ ਹੀ ਟੱਪ ਗਏ ਸੀਗੇ ਜੀ। ਹਾਂਜੀ, ਇਹ ਤਾਂ ਕੁਝ ਵੀ ਨਹੀਂ ਜੀ, ਲਾਸਟ ਈਅਰ ਮੈਨੂੰ ਬੈਸਟ ਰਾਕਸ਼ਸ ਆਫ ਦਾ ਈਅਰ ਅਵਾਰਡ ਮਿਲਿਆ ਸੀਗਾ ਜੀ। ਇਹ ਅਵਾਰਡ ਕਦੇ ਸੁਣਿਆ ਤਾਂ ਹੈ ਨਹੀਂ? ਉਹ ਪਿੱਛੇ ਸਾਡੇ ਪਿੰਡ ਦੀ ਗ੍ਰਾਮ ਪੰਚਾਇਤ ਨੇ ਸ਼ੁਰੂ ਕੀਤਾ ਨਾ ਜੀ। ਓਹੋ ਰਾਕਸ਼ਸ ਜੀ, ਰਾਕਸ਼ਸ ਨੂੰ ਡਿਪਟੀ ਕਹਿੰਦੇ ਆ। हाँ भी बब्बू। हाँ जी। गाना भरावा तेरा वधिया शूट हो गया। बस कृपा वीर जी, थोड़ी अल्ला पेमेंट पाजी, बस 500 रुपया पाजी। स्पॉट बॉय भी 700 लंदा पाजी। भरावा स्पॉट बॉय चलता है, तेनू हले कोई नहीं पुछदा, जिदन चलेगा ना उदन मंगी पैसे। चल अखाड़े कल तू ही लाने मेरे आ वीडियो तो बाद। ओ वाह ओ रब्बा। ओ बब्बू भाई। ओ पाली तू वधिया यार, तू दस किदा? ओ भाई अपने पिंडों दोस्त आया आ डिप्टी भाई। चल भाई टीचर दी नौकरी लभदा नाल दी नाल। ਜਿੱਦਣ ਮਿਲ ਗਈ ਨਾ ਫਿਰ ਸਾਲਾ ਮਰਜ਼ੀ ਦਾ ਕੰਮ ਕਰਿਆ ਕਰਨਾ। ਖੈਰ ਉਹ ਘਰ ਦੀ ਗੱਲ ਕਰਦੇ ਸੀ ਨਾ ਆਪਾਂ, ਜਿੱਥੇ ਮੈਂ ਰਹਿਣਾ ਉਹ ਚੱਲੂ ਘਰ। ਬਾਈ ਚੱਲੂ, ਤੁਹਾਡੇ ਥੱਲੇ ਅਸੀਂ ਬਿਸਤਰਾ ਡਾ ਕੇ ਬਹਿ ਜਾ ਕਰਾਂਗੇ। ਉਹ ਬਾਈ ਮੈਂ ਤਾਂ ਆਪ ਹੁੰਜੇ ਸੌਣਾ, ਉਦੋਂ ਥੱਲੇ ਕਿੱਥੇ ਬਿਸਤਰਾ ਡਾਲੇਗਾ? ਅੱਛਾ, ਮੇਰਾ ਮਕਾਨ ਮਾਲਕ 1500 ਰੁਪਈਆ ਲੈਂਦਾ ਮੈਥੋਂ, ਕੱਲੇ ਕੱਲੇ ਦਾ 1500-1500 ਦੇ ਕੇ ਰਹੀ ਜਾਵਾਂਗੇ। ਠੀਕ ਆ ਠੀਕ ਸਾਲਿਆ, ਕੀ ਠੀਕ ਆ, ਮੇਰੇ ਕੋਲ ਕਿੱਥੇ 1500 ਰੁਪਈਆ? ਮੇਰੇ ਤਾਂ ਬਸ ਦੀ ਟਿਕਟ ਵੀ ਡਿਪਟੀ ਨੇ ਲਈ। ਓਏ ਉਹ ਤਾਂ ਮੈਂ ਤੈਨੂੰ ਝੂਠ ਬੋਲਿਆ ਸੀ ਵੀ ਲੈ ਲਈ, ਉਹ ਸਾਲਿਆ ਤੂੰ ਬਦੌਰ ਟਿਕਟੇ ਆਇਆ, ਸਾਡੇ ਕੋਲ ਤਾਂ ਰਲਾ ਮਿਲਾ ਕੇ 500-700 ਰੁਪਈਏ ਆ ਬਸ। ਜੇ ਵੀਰ ਜੀ ਤੁਸੀਂ ਇੱਦਾਂ ਕਰ ਲਓ, ਇਸ ਮਹੀਨੇ ਦਾ ਕਿਰਾਇਆ ਤੁਸੀਂ ਦੇ ਦਿਓ, ਜਦੋਂ ਅਸੀਂ ਕੰਮ ਤੇ ਲੱਗ ਗਏ ਤਾਂ ਮੋੜ ਦਾਂਗੇ। ਹਾਂ ਉਹ ਬਾਈ, ਮੈਂ ਤਾਂ 500-500 ਰੁਪਈਏ ਪਿੱਛੇ ਧੱਕੇ ਖਾਂਦਾ ਫਿਰਦਾ ਯਾਰ, 4500 ਰੁਪਈਆ ਦੱਸ ਕਿੱਥੋਂ ਦਊਂਗਾ? ਉਹ ਬਾਹਲਾ ਮਾੜਾ ਹਾਲ ਇਹਨਾਂ ਦਾ ਯਾਰ। ਕੰਮ ਕੀ ਕਰਦਾ ਤੂੰ ਵੀਰੇ? ਮੈਂ ਹੀ ਆਹੋ ਇਹਨੇ ਬਹੁਤ ਛੇਤੀ ਕਲਰਕ ਲੱਗ ਜਾਣਾ। ਇਹ ਤਾਂ ਨਹੀਂ ਬਾਈ, ਮੈਂ ਤੇਰਾ ਪੁੱਛਿਆ। ਓ ਮੈਂ ਬਾਈ ਐਕਟਿੰਗ ਕਰਦਾ, ਦੇਖ ਅੱਜ ਨਹੀਂ ਤਾਂ ਕੱਲ ਇਹਨੇ ਕਲਰਕ ਲੱਗ ਜਾਣਾ, ਆ ਬਾਈ ਨੇ ਸਟਾਰ ਬਣ ਜਾਣਾ। ਥੋੜਾ ਜਿਹਾ ਹੀਲਾ ਕਰ ਲਾ ਯਾਰ। ਹੀਲਾ? ਹਾਂ ਇੱਕ ਸਕੀਮ ਲੱਗ ਸਕਦੀ ਆ। ਕਿਹੜੀ? ਜੇ ਤਾਂ ਮੇਰੇ ਮਕਾਨ ਮਾਲਕ ਦੇ ਸੌਣ ਤੋਂ ਬਾਅਦ ਆ ਜਾ ਕਰੋਗੇ ਤੇ ਉਹਦੇ ਉੱਠਣ ਤੋਂ ਪਹਿਲਾਂ ਨਿਕਲ ਜਾ ਕਰੋਗੇ ਨਾ, ਫਿਰ ਤਾਂ ਜਮਾ ਮੁਫਤ 'ਚ ਹੀ ਰਹਿ ਸਕਦੇ ਹਾਂ। ਦੱਸੋ ਕੀ ਕਹਿੰਦੇ ਹੋ? ਹਾਂ ਹਾਂ ਠੀਕ ਆ। ਉਹਨਾਂ ਦੀ ਗਊ ਦੇ ਕਿਤੇ ਸਿੰਘ ਦੇਖੀ ਦੇ ਯਾਰ। ਨਾਲੇ ਪਾਲੀ ਜਦ ਰਹਿਣਾ ਹੀ ਮੁਫਤ ਜੋਗਾ ਬਾਈ, ਤੂੰ ਵੀ ਨਾਲੇ ਚੱਲ। ਚਲੋ ਫਿਰ ਸਟਾਰ ਸਾਹਿਬ ਚੱਕੋ ਬੜਾ। ਸਾਲੇ ਕੁੱਤੇ ਤੋਂ ਬੜਾਤੇ ਸੀ। ਚੁੱਪ ਕਰ ਓਏ। ਓਏ ਮੇਰਾ ਮਕਾਨ ਮਾਲਕ ਸੁੱਤਾ ਪਿਆ, ਮੈਂ ਉੱਤੇ ਜਾ ਕੇ ਲਾਈਟ ਮਚਾਉਣਾ, ਤੁਸੀਂ ਬਾਰੀ ਰਾਹੀਂ ਆ ਜਾਓ। ਠੀਕ ਓਕੇ ਠੀਕ ਆ। ਉੱਠੋ ਸਵੇਰ ਹੋ ਗਈ, ਸੌ ਜਾ ਗਾਂ ਪ੍ਰਭਾਤ ਫੇਰੀ ਤੇ ਜਾਣਾ, ਨਾਲੇ ਆਪ ਮਰੋਗੇ ਨਾਲੇ ਹੌਲਦਾਰ ਤੋਂ ਮੈਨੂੰ ਕਟਾਉਂਗੇ। ਚਲ ਉੱਠ, ਉਹ ਚੱਲ ਐ ਕਰ, ਦੁੱਧ ਨੂੰ ਬੱਤੀ ਲਾ ਲੈ ਫਿਰ। ਸਾਲਿਆ ਨਾਨਕੇ ਆਇਆ ਕੀ ਰਹਿ ਕਰ, ਆਪਣੇ ਵਾਲੀ ਫ੍ਰਿਜ ਚੋਂ 2 ਗਲਾਸ ਪਾਣੀ ਪੀ ਲੈਣ ਦੇ। ਉਹ ਤੂੰ ਚੁੱਪ ਕਰ, ਕੱਪੜੇ ਪਾਓ ਤੇ ਤੁਰਦੇ ਬਣੋ ਇੱਥੋਂ। ਓਏ ਜਦ ਵੀਰ ਜੀ ਕਹਿੰਦੇ ਆ ਤਾਂ ਜਾਓ। ਸਾਲਾ ਵੀਰ ਜੀ ਦਾ, ਸਾਲੇ ਆਪ ਤਾਂ ਖਾਏਗਾ ਮੇਰੇ ਵੀ ਪਾਏਗਾ, ਨਾਲੇ ਤਿੱਤਰ ਹੋ ਜਾ। ਅੱਜ 1500 ਰੁਪਇਆ ਇਕੱਠਾ ਕਰਨਾ ਹੀ ਕਰਨਾ, ਚਾਹੇ ਕਿਸੇ ਦੀ ਜੇਬ ਕੱਟਣੀ ਪਜੇ। ਸਾਲੇ ਨੇ ਤੰਗ ਕਰ ਲੈ, ਆ ਟੀ ਸ਼ਰਟ ਫੜਾਈ ਮੈਨੂੰ ਇੱਥੋਂ। ਓਏ ਬਹੁਤ ਡੂੰਗਾ ਵੇ, ਸਾਲਿਆ ਇਦੋਂ ਪਹਿਲਾਂ ਕਿਤੇ ਚੋਰੀ ਦਾ ਇਲਜ਼ਾਮ ਲੱਗੇ, ਚੱਲ ਕਿਤੇ ਨੌਕਰੀ ਲੱਭ ਲੈਂਦੇ ਹਾਂ।